सतगुरु पर जी एक ओंकार सपना कर्ता पुरुष निर्भव निर्वैर अकाल मूर्त अजूनी सैपं गुर प्रसाद जप आद सच जुगाद सच है कि सच नानक होसी कि सच सदा सच दानंद सतरंग प्रणासी करी मुल्क निंदा समस्तर निवासी अजायब विभूते गजायब गनी में हरियं करियं करी मुल रही में चतर चक्र वर्ती चतर चक्र भुगते स्वयं प्रभु सुभं सर्वदा सर्वजुगते दुकालं परनासी दयालं स्वरूपे सदायंग संगे अपंगं विभूते दुकालं परनासी दयालं स्वरूपे सदायंग संगे अपंगं विभूते तुम्री महिमा अपरे अपारा जां काल हियो न किन हूं पारा देव देव राजन के राजा दीन दयाल गरीब निवाज कहां बुद्ध प्रभ तुच्छ हमारी वरण सके महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी वाहिगुरु जी का खालसा वाहिगुरु जी की फतेह परम सत्कार योग गुरु साहिब जी के पावन पवित्र हजूरी के अंदर स्वाभिमान गुरु स्वरूप गुरु खालसा साध संग जी हो आप सारिया संगतां जगत गुरु श्री गुरु ग्रंथ साहिब जी महाराज दसो पातशाहियां की आत्मिक जोत गुरता गदी सभाईमान चावर छतर तख्त दे मालक सतगुरु धन धन सतगुरु श्री गुरु ग्रंथ साहिब जी महाराज बाणी गुरु गुरु है बाणी विच बाणी अमृत सारे गुरबाणी कहे सेवक जन माने प्रतख गुरु निस्ता साक्षात उस करते पुरख दा स्वरूप बहुव बाणी निरंकार है तिस जेवड़ अवर न कोई सतगुरु जी की पावन हजूरी दे अंदर नियत कीते हुए समय दे अनुसार निर्धारित कीते हुए दिन चार दिन का समा जिहड़ा है वो आप संगतां दे नाल कुछ परमार्थ से विचारां करन दा तुहाडे दर्शन करन दा रल मिल के परमार्थ दी विचार करन दा समा आपां सारिआं नूं मिलिआ मैनूं भी मिलिआ तुहानूं भी मिलिआ आओ इस समय से लाभ उठाइए संसार दे विच उस तरह तो 84 लाख जोन है सारी जीव कोई किसी शरीर दे विच आया होया है कोई जीव किसी शरीर विच आया होया 84 लाख जोन जिहड़ी है ये सबना दे विच जीव आत्मा जिहड़ा है वो अग्ञान दे वास होके धक्के खांदा फिरदा है
ਇਹ ਆਇਤ ਆਊਗੀ ਤੇ ਸੰਸਾਰ ਦੇ ਵੀ ਜਨਮ ਧਾਰ ਕੇ ਪਸ਼ੂ ਪੰਛੀ ਵੀ ਆਏ ਤੇ ਆਪਾਂ ਵੀ ਆਏ ਹਾਂ ਤੇ ਆਉਣਾ ਸਾਰਿਆਂ ਦਾ ਸਫਲਾ ਨਹੀਂ ਹੋ ਸਕਦਾ। ਮਨੁੱਖ ਜਾਤੀ ਤੋਂ ਬਿਨਾਂ ਜਿਹੜੇ ਬਾਕੀ ਦਿਨ ਉਹਨਾਂ ਤਾਂ ਬਸ ਦੀ ਬਾਤ ਹੀ ਨਹੀਂ ਹੈ। ਉਹ ਅਗਿਆਨ ਦੇ ਵਸ ਨੇ, ਉਹਨਾਂ ਦੇ ਕੋਲ ਸਾਧਨ ਵੀ ਕੋਈ ਨਹੀਂ, ਨਾ ਸਤਸੰਗ ਕਰਨ ਦਾ ਸਾਧਨ ਹੈ ਉਹਨਾਂ ਦੇ ਕੋਲ ਤੇ ਨਾ ਕੋਈ ਭਗਤੀ ਕਰਨ ਦਾ ਸਹੂਲਤ ਨਹੀਂ ਹੈ ਕੋਈ। ਪਰਾਏ ਦੇ ਦਿਨ ਇੱਕ ਮਨੁੱਖ ਹੈ ਜਿਹੜਾ ਸੁਤੰਤਰ ਹੈ, ਇੱਕ ਦੇਹੀ ਐਸੀ ਹੈ ਜਿਸ ਦੇਹੀ ਦੇ ਵਿੱਚ ਜੀਵ ਮੁਕਤ ਵੀ ਹੋ ਸਕਦਾ ਹੈ, ਮੁੜ ਕੇ ਉਸੇ 84 ਦੇ ਚੱਕਰ ਵਿੱਚ ਫੇਰ ਵੀ ਜਾ ਸਕਦਾ ਹੈ। ਇਹ ਮਨੁੱਖ ਨੇ ਆਪ ਆਪਣਾ ਫੈਸਲਾ ਕਰਨਾ ਹੈ ਵੀ ਰਸਤੇ ਦੋ ਨੇ, ਤੂੰ ਮੁੜ ਕੇ ਉਹੀ ਕੁੱਤਿਆਂ ਵੇਲਿਆਂ ਦੀ ਕੀੜਿਆਂ ਮਕੌੜਿਆਂ ਦੀ ਜੋਨ ਵਿੱਚ ਜਾਣਾ ਚਾਹੁੰਦਾ ਹੈ, ਫਿਰ ਤੂੰ ਬੇਪਰਵਾਹ ਹੋ ਕੇ ਜੋ ਕਰਦਾ ਕਰੀਂਦਾ, ਜੇ ਫੈਸਲੇ ਕਰ ਲਏ ਵੀ ਉੱਧਰ ਜਾਣਾ। ਜੇ ਤੈਨੂੰ ਇਹ ਲੱਗਦਾ ਹੈ ਇਹਨਾਂ ਜੋਨਾਂ ਦੇ ਵਿੱਚ ਬੜੇ ਦੁੱਖ ਨੇ, ਬਣਨਾ ਕੁਛ ਨਹੀਂ, ਤਾਂ ਫਿਰ ਸੂਕਰ ਕੂਕਰ ਜੋਨ ਭਰਮ ਤੇ ਇਹਦੇ 'ਚ ਤੂੰ ਭਰਮਣ ਕਰ ਲਿਆ ਪਹਿਲਾਂ ਇੱਕ ਵਾਰੀ ਤਾਂ ਉਹ ਲਾਜ ਨਾ ਆਈ। ਮਨੁੱਖ ਸਰੀਰ ਵਿੱਚ ਆ ਕੇ ਤੂੰ ਉਹੀ ਕੰਮ ਕਰ ਰਿਹਾ ਜਿਹੜਾ ਮੁੜ ਕੇ ਫਿਰ ਉਹਨਾਂ ਜੂਨਾਂ ਚਲਿਆ ਜਾਵੇ, ਤੈਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ, ਲੱਜਾ ਨਹੀਂ ਹੈ ਤੇਰੇ ਮੇਰੇ ਸਿਰ। ਰਾਮ ਨਾਮ ਅੰਮ੍ਰਿਤ ਛਾੜ ਕਾਹੇ ਭਿਖਾਰੀ, ਤੂੰ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਛੱਡ ਕੇ ਵਿਉਹ ਕਿਉਂ ਖਾ ਰਿਹਾ? ਜਿਸ ਗੁਰੂ ਨੂੰ ਨਮਸਕਾਰ ਕੀਤੀ ਹੈ ਇਹ ਨਮਸਕਾਰ ਕਰਨ ਦਾ ਵੀ ਬਹੁਤ ਵੱਡਾ ਮਹੱਤਵ ਹੈ। ਐਸੀ ਕੋਈ ਬਾਤ ਨਹੀਂ, ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ। ਜਿਹੜੇ ਲੋਕ ਇਹ ਕਹਿੰਦੇ ਆ ਉਹ ਵੀ ਗੁਰਮਤ ਦੇ ਅਨੁਸਾਰ ਨਹੀਂ ਹੈ ਇਹ ਸ਼ਬਦ। ਨਮਸਕਾਰ ਕਰਨ ਦਾ ਵੀ ਬਹੁਤ ਵੱਡਾ ਮਹੱਤਵ ਹੈ, ਲੇਕਿਨ ਸਾਰੀ ਜ਼ਿੰਦਗੀ ਕੇਵਲ ਮੱਥਾ ਟੇਕਣ 'ਤੇ ਲੰਘ ਗਈ ਅਤੇ ਗੁਰੂ ਸਾਹਿਬ ਦਾ ਵਚਨ ਕੋਈ ਵੀ ਨਾ ਮੰਨਿਆ, ਇਹ ਤਾਂ ਨਮਸਕਾਰ ਕਰਨ ਦਾ ਵੀ ਲਾਭ ਨਾ ਹੋਇਆ। ਜਿਹੜਾ ਪੁੱਤਰ ਜਾਂ ਧੀ ਆਪਣੇ ਮਾਂ ਬਾਪਾਂ ਨੂੰ ਸਤਿਕਾਰ ਤਾਂ ਬਹੁਤ ਦੇਵੇ ਲੇਕਿਨ ਉਹਨਾਂ ਦੀ ਆਗਿਆ ਨਾ ਪਾਲਣ ਕਰੇ, ਤਾਂ ਉਸ ਪੁੱਤਰ ਦੇ ਮੱਥੇ ਟੇਕਣ ਤੋਂ ਵੀ ਮਾਂ ਬਾਪ ਅੱਕ ਜਾਂਦੇ, ਕਹਿੰਦੇ ਤੇਰੇ ਮੱਥੇ ਟੇਕਣ ਦਾ ਕੀ ਹੈ, ਗੱਲ ਤੋਂ ਇੱਕ ਵੀ ਨਹੀਂ ਮੰਨਦਾ, ਤੇਰੇ ਮੱਥਿਆਂ ਨੂੰ ਦੇਖਾਂ ਮੈਂ ਜਾਂ ਤੂੰ ਮੇਰੇ ਬਚਨਾਂ ਦਾ ਜਿਹੜਾ ਨਿਰਾਦਰ ਕਰਦਾ, ਮੇਰੀ ਗੱਲ ਕੋਈ ਵੀ ਨਹੀਂ ਮੰਨਦਾ। ਆਮ ਸੰਸਾਰੀ ਲੋਕ ਵੀ ਇਸ ਗੱਲ ਦਾ ਇਤਰਾਜ਼ ਕਰ ਰਹੇ, ਭਾਵੇਂ ਸੰਸਾਰੀ ਲੋਕਾਂ ਦੇ ਨਾਲ ਗੁਰੂ ਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਸਮਝਣ ਸਮਝਾਉਣ ਦਾ ਪੱਖ ਸਮਝਣਾ, ਇਸ ਕਰਕੇ ਮਨੁੱਖ ਸਰੀਰ ਆਪਾਂ ਸਾਰਿਆਂ ਨੂੰ ਮਿਲਿਆ, ਤੁਹਾਨੂੰ ਮਿਲਿਆ, ਮੈਨੂੰ ਮਿਲਿਆ। ਮਨੁੱਖ ਸਰੀਰ ਦੇ ਜੇ ਉਮਰ ਨੂੰ ਆਪਾਂ ਇਸ ਤਰ੍ਹਾਂ ਸਮਝ ਲਈਏ, ਮੰਨ ਲਓ ਕਿਸੇ ਦੀ 100 ਸਾਲ ਦੀ ਉਮਰ ਹੈ, ਪਰ 100 ਸਾਲ ਤੱਕ ਜਾਣ ਵਾਲੇ ਕਿੰਨੇ ਸਾਡੇ ਵਿੱਚ ਜੋ ਅਸੀਂ ਦੇਖ ਰਹੇ ਹਾਂ? ਬਹੁਤ ਘੱਟ। ਪਰ ਮੰਨ ਲਓ ਵੀ 100 ਸਾਲ ਦੀ ਜ਼ਿੰਦਗੀ ਹੈ, ਉਹਦੇ ਸਿੱਧੇ 50 ਸਾਲ ਤਾਂ ਨੀਂਦ ਦੇ ਹਿੱਸੇ ਆ ਗਏ, 50 ਸਾਲ ਤਾਂ ਸੌਣ ਦੇ ਵਿੱਚ ਸਾਡੇ ਖਤਮ ਹੋ ਗਏ, ਰਹਿ ਗਏ 50 ਸਾਲ। ਇਸ 50 ਸਾਲ ਦੇ ਵਿੱਚ ਜਿਹੜੀ ਜਨਮ ਲੈਣ ਤੋਂ 10 ਵਰੇ ਤੱਕ ਦੀ ਉਮਰ ਹੈ, ਉਹਦੇ ਵਿੱਚ 10 ਵਰੇ ਤੱਕ ਬੱਚਾ ਕੀ ਕਰ ਲੈਂਦਾ? 10 ਵਰੇ ਦੀ ਉਮਰ ਜਿਹੜੀ ਹੈ ਉਹ ਸਾਡੀ ਬਚਪਨ ਨੇ ਖਾ ਲਈ, ਫਿਰ 100 ਸਾਲ ਦੀ ਉਮਰ ਦੇ ਵਿੱਚ ਤੇ ਕੁਛ 20 ਸਾਲ ਇਹੋ ਜਿਹੇ ਵੀ ਬੁਢਾਪੇ ਦੇ
ਜਿਹੜੇ ਉਹ ਬੁਢਾਪੇ ਨੇ ਖਾ ਲਏ, ਉਹਦੇ 'ਚ ਕੀ ਹੋ ਸਕਦਾ? ਨੈਣੋ ਨੀਰ ਬਹਿ ਤਨਖੀਨਾ ਪਏ ਪੇਸ ਦੁਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰਿਆ। ਆਪ ਕਿਆ ਕਰੇ ਪ੍ਰਣ, ਉਹਦੇ 'ਚ ਕੀ ਕਰ ਲਵਾਂਗੇ? ਅਤੇ ਬਾਕੀ ਕਿੰਨੀ ਰਹਿ ਗਈ? ਉਹ ਜਵਾਨੀ ਅਵਸਥਾ ਦੇ ਵਿਸ਼ੇ ਵਿਕਾਰਾਂ ਵਿੱਚ, ਧਨ ਕਮਾਉਣ ਵਿੱਚ, ਬੱਚਿਆਂ ਨੂੰ ਪਾਲਣ ਵਿੱਚ, ਆਪਣੀ ਦੇਹ ਦੀ ਪਾਲਣਾ ਵਾਸਤੇ, ਅਤੇ ਫਿਰ ਭਜਨ ਸਿਮਰਨ ਵਾਸਤੇ ਸਮਾਂ ਕਿਹੜਾ ਬਚਿਆ ਸਾਡਾ? ਤਾਂ ਸਾਰਾ ਕੁਛ ਹੀ ਖਤਮ ਹੋ ਗਿਆ। ਇਹ ਉਜਾੜਾ ਹੋ ਰਿਹਾ ਸਾਡਾ। ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਤਾ ਸਭ। ਇਹ ਤਾਂ ਸਭ ਵਿਅਰਥ ਹੋ ਗਿਆ। ਠੀਕ ਹੈ ਵੀ ਕਥਾ ਕਹਾਣੀਆਂ ਲੰਮੀਆਂ ਸਾਖੀਆਂ ਜਿਹੜੀਆਂ ਨੇ ਉਹਦੇ 'ਚ ਬੜਾ ਸੋਹਣਾ ਕੰਨ ਰਸ ਜਾਂਦਾ। ਉਹਦੇ 'ਚ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਵੀ ਹੁੰਦਾ ਹੈ ਵੀ ਜੇ ਸਾਖੀ ਨਾ ਸੁਣਾਈ ਜਾਵੇ ਨਾ, ਕਦੇ ਕਦੇ ਅਣਜਾਣ ਸਰੋਤਿਆਂ ਨੇ ਉਹ ਲੱਗਦਾ ਵੀ ਅੱਜ ਕਥਾ ਹੀ ਨਹੀਂ ਹੋਈ, ਉਹ ਕਥਾ ਹੀ ਸਾਖੀ ਨੂੰ ਸਮਝਦੇ। ਜਿਹੜੇ ਗੁਰਬਾਣੀ ਦੇ ਸਿਧਾਂਤਕ ਵਿਚਾਰ ਹਨ, ਇਹ ਬੰਦਗੀ ਤੋਂ ਤੁਰਨ, ਸਾਖੀ ਜ਼ਰੂਰ ਸੁਣਨੀ ਚਾਹੀਦੀ ਹੈ, ਸੁਣਨੀ ਵੀ ਚਾਹੀਦੀ ਹੈ। ਪਰ ਇੱਕ ਗੱਲ ਦਾ ਚੇਤਾ ਰੱਖਿਓ ਕਿ ਗੁਰਬਾਣੀ ਦੇ ਅਰਥਾਂ ਦੇ ਬਰਾਬਰ ਸਾਖੀਆਂ ਨਹੀਂ ਹੋ ਸਕਦੀਆਂ। ਉਹਦੇ 'ਚ ਕੁਛ ਤਾਂ ਲਿਖਣ ਵਾਲਿਆਂ ਨੇ ਆਪਣੇ ਕੋਲੋਂ ਲਿਖਿਆ ਹੁੰਦਾ ਅਤੇ ਕੋਈ ਸੁਣਾਉਣ ਵਾਲੇ ਨੇ ਵੀ ਮਸਾਲਾ ਲਾਉਣਾ ਹੁੰਦਾ। ਉਹ ਮਸਾਲੇ ਨਾਲੇ ਸਵਾਦ ਲੱਗਦੀ ਹੈ ਸਾਖੀ ਜਿਹੜੀ। ਹੁਣ ਗੁਰਬਾਣੀ ਦੇ ਅਰਥਾਂ 'ਚ ਮਸਾਲਾ ਕੋਈ ਨਹੀਂ ਲੱਗਣਾ, ਇਹ ਹੈ ਤਾਂ ਅਲੂਣੀ ਸਿਰ, ਕੰਨਾਂ ਨੂੰ ਸਵਾਦ ਭਾਵੇਂ ਆਵੇ ਨਾ ਆਵੇ। ਬਹੁਤ ਸਾਰੀਆਂ ਦਵਾਈਆਂ ਐਸੀਆਂ ਜਿਹੜੀਆਂ ਖਾਣ ਵਾਸਤੇ ਸਵਾਦ ਤਾਂ ਇੱਕ ਪਾਸੇ ਪੱਕੂਗੀਆਂ, ਕੌੜੀਆਂ ਵੀ ਨੇ, ਫਿਰ ਵੀ ਖਾਂਦੇ ਹਾਂ। ਕਿਉਂ ਖਾਂਦੇ ਹਾਂ? ਦਿਸਦਾ ਹੁੰਦਾ ਵੀ ਨੇ ਬਿਮਾਰੀ ਹਟਾਉਣੀ। ਇਸੇ ਤਰ੍ਹਾਂ ਗੁਰਬਾਣੀ ਦੇ ਜਿਹੜੇ ਅਰਥ ਨੇ, ਭਾਵੇਂ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਐਸਾ ਵੀ ਹੋਵੇ ਵੀ ਸਮਝ ਨਹੀਂ ਆਏ, ਅਤੇ ਦਵਾਈ ਬਾਰੇ ਬਹੁਤ ਸਮਝ ਹੈ ਸਾਨੂੰ ਵੀ ਇਹਦੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਆਂ, ਕੀ ਕੀ ਮਿਕਸ ਕੀਤਾ ਹੈ, ਕਿਹੜੇ ਕਿਹੜੇ ਪਦਾਰਥ ਇਹਦੇ 'ਚ ਮਿਲਾਏ ਹੋਏ ਨਾ, ਉਹਦੇ ਅਰਥਾਂ ਦਾ ਤਾਂ ਕੋਈ ਨਹੀਂ ਪਤਾ ਸਾਨੂੰ। ਸਿਰਫ ਇੰਨਾ ਪਤਾ ਵੀ ਇਹ ਦਵਾਈ ਖਾਣ ਨਾਲ ਬਿਮਾਰੀ ਹਟੂਗੀ, ਅਤੇ ਅਸੀਂ ਇੰਨੀ ਕੁ ਗੱਲ ਸਮਝ ਲਈਏ ਕਿ ਗੁਰਬਾਣੀ ਦੇ ਅਰਥਾਂ ਨਾਲ ਸਾਡੀ ਜਿਹੜੀ ਅੰਦਰ ਦੀ ਬਿਮਾਰੀ ਹੈ, ਜਿਹੜੀ ਬਿਮਾਰੀ ਦੇ ਕਾਰਨ ਅਸੀਂ ਜਨਮਾਂ ਜਨਮਾਤਰਾਂ ਦੇ ਧੱਕੇ ਖਾਂਦੇ ਹੈ, ਉਹ ਸਭ ਤੋਂ ਖਤਰਨਾਕ ਬਿਮਾਰੀ ਹੈ ਹਉਮੈ ਦੀ। ਹਉਮੈ ਦੀਰਘ ਰੋਗ ਹੈ, ਇਹੀ ਸਾਰਿਆਂ ਤੋਂ ਵੱਡਾ ਰੋਗ ਹੈ। ਇਹ ਗੁਰਬਾਣੀ ਦੀ ਵਿਆਖਿਆ ਨੇ, ਸਿਧਾਂਤਕ ਵਿਚਾਰਾਂ ਨੇ ਜੋ ਬੰਦਗੀ ਦੇ ਤੁਲਨ ਬੰਦਗੀ ਰੂਪ ਹੈ। ਸੰਸਾਰ ਦੇ ਵਿੱਚ ਜਿੰਨੇ ਵੀ ਗ੍ਰੰਥ ਨੇ ਅਤੇ ਕਿਸੇ ਵੀ ਵਿਦਵਾਨ ਦੇ ਨਾਲ ਤੁਸੀਂ ਖੁੱਲ੍ਹ ਕੇ ਵਿਚਾਰ ਕਰ ਸਕਦੇ ਹੋ ਵੀ ਦੋ ਗੱਲਾਂ ਜਿਹੜੀਆਂ ਬਿਲਕੁਲ ਪ੍ਰਤੱਖ। ਸਭ ਤੋਂ ਆਦਿਕਾਲ ਦੀ ਬਾਣੀ ਵੇਦ ਹੈ, ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਗੁਰੂ ਗ੍ਰੰਥ ਸਾਹਿਬ ਦਾ ਵੀ ਇਹਦੇ 'ਚ ਇਸ਼ਾਰਾ ਹੈ। ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਗ੍ਰੰਥ ਨੇ ਜਨਮ ਲਿਆ ਉਹ ਵੇਦ ਹੈ। ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਵੇਦ ਹੈ, ਚਾਰ ਮਹੀਨਾ ਦੇ ਨਾਮ। ਇਹਨਾਂ ਵੇਦਾਂ ਦੇ ਵਿੱਚੋਂ ਵੇਦਾਂ ਦਾ ਸਾਰ ਅੰਸ਼ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਰਚਨਾ ਤੋਂ ਸਿਧਾਂਤਕ ਇੱਕ ਸਲੋਕ ਹੈ, ਜਿਹਦੇ ਵਿੱਚ ਅਰਜੁਨ ਨੂੰ ਉਪਦੇਸ਼ ਦਿੱਤਾ ਵੀ ਆਤਮਾ ਨੂੰ ਕੋਈ ਸ਼ਸਤਰ ਕੱਟ ਨਹੀਂ ਸਕਦਾ, ਅੱਗ ਫੂਕ ਨਹੀਂ ਸਕਦੀ, ਇਸ ਕਰਕੇ ਤੇਰਾ ਪੁੱਤਰ ਭਗਵਾਨੂ ਜਿਹੜਾ ਹੈ ਉਹ ਮਰਿਆ ਨਹੀਂ, ਉਹਦੀ ਆਤਮਾ ਜਿਹੜੀ ਆਤਮਾ ਨਹੀਂ ਕਦੇ ਮਰਦੀ, ਤੂੰ ਹਥਿਆਰ ਨਾ ਸੁੱਟ।
नैने शिजंती शास्त्राणी नैने दहंती पापता हे अर्जुन तू ऐसा ना कर क्षत्रिय अपने धर्म की पालना कर। शाम वेद दे महाभाग दे विचों गीता का जन्म हुंदा है भगवान कृष्ण की रचना तो वह है तत्मसी महाभाग। तत्मसी बोलन दे विच तत्मसी महाभाग है, प्रज्ञानानंद ब्रह्म है, आयम आत्मा ब्रह्म है, अहम ब्रह्मस्मि है। ये चार वेदा के चार महाभाग न जिन्हों का सिद्धांत एको ही है कि आत्मा ब्रह्म का रूप है। तत्पद ईश जीव तुम पद अस्पद ब्रह्म कहावै माया के जे भेदी ने एक वेद बतावै। इस सिद्धांत के अनुसार 700 श्लोक गीता का महारिषि व्यास जी ने भगवान कृष्ण की व्याख्या नूं वधा के 700 किया है। जे आपां इह कहीए भी 700 श्लोक भगवान कृष्ण जी ने उत्थे महाभारत के जंग विच जदों आमो सामने दोनों फौजां खड़ियां सी ते उस वेले उपदेश दित्ता है, तवें गीता पढ़ के देख लो भी टाइम किन्ना लगदा। 18 दिन का तो जंग है सारे ये, तो गीता में कितना टाइम लग जाता पढ़ने में? 700 श्लोक है। ये महर्षि व्यास ने उसका सारा विस्तार किया, मूल रूप से भगवान जी का उपदेश ही जानना गीता है। जे अपन दूसरे इस्लाम के वल जाने हाँ, इस्लाम के कुरान अंजील तौरे ते ज़बूर चार पुस्तक इन्होंने, ईसाइयों की जिहड़ी बाइबल है पंज इन्होंने हो गए, पंज उन्होंने हो गए। ये जिन्हें भी ग्रंथ वेदां तो लैके होर जिन्हें भी ग्रंथ बने ये विशेष शास्त्र जन्म लेंदे ने सांत न्याय विशेख पूर्णमासा पतंजल के विधांत, फिर अगे 18 पुराण हो गए, 52 उपनिषदा हुई, बेअंत सुरतियां सिमरतियां जिन्हें भी हैं सब सत्कार योग न, किसी की कोई निंदा नहीं। पर इन्हां दे विच ज्ञान बहुत है, उपदेश है, नाम जपण की प्रेरणा भी होगी, पर नाम रूप नहीं है। सारे ग्रंथ जिहड़े भी है गुरबाणी का इन्हां वेदां शास्त्रां दे नालों ऐवें नहीं कहा महाराज साहब ने सब नाद वेद गुरबाणी क्यों कहा। गुरबाणी नाम रूप भी है, गुरबाणी नाम जपण का उपदेश भी दिंदी। जिन्हां नूं तां केवल एक पक्ष ही समझ आया है कि गुरबाणी उपदेश देंदी है, उन्हां दी जिंदगी अधूरी रह गई क्योंकि नाम रूप नहीं मन्या। गुरु साहब जी आप नाम रूप भी सी ते नाम जपण दा उपदेश भी देंदे सी। गुरु नानक साहब आप नारायण कला धर जग में प्रवेओ, ये तो कोई अतकथनी नहीं, ते नाम जपण दा भी निरंकार दे नाल जुड़न दा उपदेश भी देंदे। इस तरह गुरबाणी नाम रूपी है, नाम जपण दा उपदेश भी देंदी है। ये खूबी किसी ग्रंथ च नहीं है, इस पक्ष दे विच नहीं कि मैं गुरु ग्रंथ साहिब दा सिख हां, तुसीं गुरु ग्रंथ साहिब दे सिख हां, आपां एक दूजे दा उत्साह वधाउण वास्ते गल्लां करदे हां, सच्चाई है। बाकी दे जिहड़े ग्रंथ उन्हां दा अपजस नहीं है, चंगियां गल्लां करदे हैं, चंगियाई दी उस ते सच्चे मार्ग चलदे हैं उस्तत करे जहान। और फिर दूसरा पक्ष लईए, जद तों संसार साजे है अज तक किसी भी ग्रंथ नूं गुरतक दी प्राप्त नहीं हुई। ये अटल सच्चाई है, कोई आपां मिथ्यावाद नहीं कह रहे। कोई दस दे भी वेदां दे मूहरे 5 पैसे नारियल धर के किसी अवतार ने मत्था टेकिया हो भी अज तो बाद वेद गुरु है तुहाडा,
जहां गीता दे अगे नारियल पैसे रख के भगवान कृष्ण ने कहा भी मेरे शरीर तो बाद ये हुण मेरे थां ते गीता जिहड़ा इहनूं इहनूं मैं अपनी पदवी देने अपने वाली भगवान वाली कदा चित नहीं। और की ख्याल आप जी का भी जे भगवान कृष्ण जी ने ऐसा किया हों तो पंडित गीता नूं कछ जे दे के लै जांदा भगवान नूं कछ दे के लै जाऊ कोई ये गुरु ग्रंथ साहब के कोल पदवी है ये पदवी संसार दे विच आके नहीं प्राप्त हुई ये पदवी आई है निरंकार के तर तो पर संसार दे मनुख जड़े ना देह दे जाल विच इउं फस जांदे जिवें मच्छियां जड़ियां ना पानी दे विच रहिंदी होंदी जाल च फस जांदियां पानी नूं छड़ के जाल नूं पसंद कर लिया मच्छियां ने और उसे जाल ने मच्छी की जिंदगी गवा दी। असी गुरु ग्रंथ साहिब नूं छड़ के जिहड़े मछेरियां दी न्याई ना जिवें फड़दे फिरदे आ ते उन्हां लोकां दे काबू आ जांदे आ सिर्फ उन्हां दीआं गल्लां सुन के ते उह बड़े तरीके नाल गुरु ग्रंथ साहिब तों इह जिहे तरीके नाल तोड़ के अपने नाल जोड़ लैंदे आ ते तुहानूं पता वी नहीं लगदा जिवें या दवाई सुझा के डॉक्टर ऑपरेशन करते पाड़ चीड़ करके पता नहीं की करते हैं उत्थे इंडिया दे विच तां भाई किडनियां कट लैंदे ने पता भी नहीं लगता कदों कटे शरीर खाली करके रख देंगे ते पखंड करन वाले भी इह जिहा कुछ ही करते हैं जदों नूं पता लगे उदों देर बहुत हो जाती है। गुरु गोबिंद सिंह साहब के बचनों नूं पूर्ण रूप में मनना है कि साढ़े लिए जो गुरु ग्रंथ साहब है होर कोई नहीं है अमृतधारियों वास्ते ना हो सकता है जेड़ा पत्नी का रिश्ता पति दे नाल है संसार सारा वसदा है रिश्तेदार सारे वसदे ना वो रिश्ता केवल पति दे नाल किसी होर नाल हो नहीं सकता जो साडा रिश्ता गुरु ग्रंथ साहब नाल अमृतधारियों दे किसी होर नाल नहीं हो सकता। सत्कार सहुरे घर दे भी जाके जेठ का भी सत्कार करती है बीबी सहुरे का भी सत्कार करती है देवर का भी ननाणा का भी सस का भी सारे क्योंकि पति का परिवार है ये साढ़े परम पिता परमात्मा कहो उत्थे पुत्र ते पिता का प्रसंग आ जाऊगा जे उन्हों अकाल पुरख जेड़ा है वह पति के रूप जाए अकाल मूर्त बर पाया ना सी ना उमरे ना उमरे ना जाए तो फिर साढ़ा पति सबना का सब आप है। इस करके गुरु ग्रंथ साहिब की बात सानू ध्यान दे नाल सुननी चाहिए क्योंकि साडा सब कुछ गुरु है। श्री गुरु गोबिंद सिंह साहिब महाराज ने जो ये बचन कहे इन्हां बचनां नूं बच्चों नूं भी याद करवाना चाहिए आप भी याद करना चाहिए। महाराज साहब ने कहा गुरु दर्श दे देखना सिंघा ने होकर लिया महाराज तुसी जा रहे हो तुहाडे दर्शन तो बिना असी बच नहीं सकते। महाराज कहिंदे जे दर्शनां दा मैं प्रबंध कर दिया फिर तो नहीं तुहानूं बराग होगा। कहिंदे महाराज फिर ये किस तरह की बात है नाल ही तुसी कहिंदे भी शरीर ओले करन लगे हैं मैं अपने दर्शनों का जदों भी तुहानू इच्छा होवे जे मैं इह दा प्रबंध कर दें भी तुसी उदों ही दर्शन कर सको फिर कहन लगे महाराज फिर ठीक है। महाराज कहिंदे शरीर तो ओले करना ही होएगा पर मेरी जगह श्री गुरु ग्रंथ साहिब जी को गुरु जानना बड़े बचन होए। मैं प्रकरण नहीं सुना रहा आपनों एक है गुरु ग्रंथ का प्रकाश करायो पैसे पंज नरेल अगर टिकायो पंज पैसे नारियल रख के कहा मेरी जगह श्री गुरु ग्रंथ साहिब जी को गुरु जानना गुरु दर्श जे देखना श्री ग्रंथ दर्शाए दर्शन कर लिया करो गुरु ग्रंथ साहिब साढ़े विच किन्नियां आत्मावां ऐसियां किन्नियां कि साढ़े
गुरसिख माई भाई ना जिहड़े जदों मत्था टेकन ते उस वेले मन दे विच इह ख्याल हो के कि सामने गुरु नानक देव सच्चे पातशाह जी आप बैठे हुए। मत्था टेकण तो पहले ही भावना जागृत नहीं हुई तां समझ लेना मत्था साडा इक रस्म है, एक रवाज है, रीसो रीस। दूजे ने टेका मैं भी टेका, बारी नहीं आती। बहुत फर्क है मत्था टेकने जदों गुरु गोबिंद सिंह साहब गुरु नानक देव जी दसे गुरु साहबान शरीर करके संगत विच मौजूद सन। उस वेले सिखां दी भावना नूं पढ़ो किस तरह दा उहनां दा ओह भावना दे बदले च ही गुरु नानक दे घर तों उहनां नूं बख्शां मिलदियां सी ते गुरु ग्रंथ साहिब दी भावना करके लिख लो इत्थों वी। बाबा आनंद सिंह जी ने भावना की थी गुरु ग्रंथ साहिब के ते कई बार साधे समझन दे विच जां समझाउन दे विच कई गल्लां दा फर्क पै जांदा है। महापुरशां नूं किड्डी वड्डी भावना सी। एक विद्वान आत्मा, क्योंकि बाद दे विच उहनां दा थोड़ा जिहा दिमाग इधर उधर हो गया सी तां करके मैं ना नहीं लैंदा, उन्होंने बख्शिश उत्थों ही मिली सी। बाबा आनंद सिंह जी दे बचना नाल उन्हां दा जन्म होया सी। वो पुश्त दर पुश्त नानक सर्कल नाल जुड़े हुए सी। चलो तुहाडे मन दे विच कदे संसा ना रहि, मैं ना भी लै देना एवें होगा भी की गल ना, मैं कड़ा संग है प्रोफेसर दर्शन सिंह की गल कर। ये उन्होंने संगत के वचन सुनाया, बड़ा चंगा लगे मैं। उस वेले तो किनिया ही स्टेजा के उत्ते प्रोफेसर दर्शन सिंह मस्कीन जी ते दास दास जी तिना का किनिया स्टेजा के उत्ते सांझे तौर पर साडा प्रोग्राम कई बार होया। और इन्हों दोनों विद्वाना के विचाले मेरा टाइम हों, इन्होंने वचन सुनाया तो बड़ा दिल नूं टुंबण वाला सी। क्यों देखो प्रचार दे तां धनी सी, इहदे तो कोई दो गल्लां नहीं, कीर्तन ते प्रचार दा असर वाला सी ना। बाद विच की होया गल छड्ड दे, मैं उस वेले की गल करदा जिस वेले ये ठीक सन। वो कहिंदे वी एक सज्जन आया, उन्हें बाबा आनंद सिंह जी दे कोल बैठा सी, वचन चले गुरु नानक साहिब दे मसब्बर सी, फोटो बनाउन दा आर्ट सी उहदे कोल, ते अज भी बहुत सारे लोकां दे विच ये आर्ट है जिहड़े शकल देख के उही जी शकल बाद दिंदे। मैं देखे ने दसां मिनटां दे शकल उस तरह दी होंदी। जे गुरु नानक साहिब की गल चली तो वो प्रेमी कह लगा जी भी जे गुरु साहिब का सरूप मेरे सामने हो गए तो मैं गुरु नानक की फोटो बना सकता। बाबा आनंद सिंह जी कहते सरूप दे तो मैं दर्शन करा दूँ पर ये तो फोटो नहीं बन। वो कहता नहीं जी कि जे दर्शन करा दो मैं फोटो बना दूँ। कहते चंगा, जो उन्हों का नितनेम से अमृत वेले जो उन्होंने नित की गुरु ग्रंथ साहब की हजूरी की सेवा से उन्होंने बहुत कुछ तख्त श्री हजूर साहब तो सीख्या। महापुरुष कहें भी तू सुधे किसी इनान करके इन्ने समय से पहुंच जा, ये दर्शन तेन मैं कराऊ तो फोटो फिर तू बना के दिखा दी। कहता जी ठीक। तो पढ़ता से इस तरह लग्या हुआ
ਤੇ ਪਰਦੇ ਦੇ ਸਾਹਮਣੇ ਉਹਨੂੰ ਪ੍ਰੇਮ ਨੂੰ ਬਿਠਾ ਲਿਆ। ਜਗਰਾਵਾਂ ਦਾ ਸੀ ਇਹ ਫੋਟੋ ਬਣਾਉਣ ਵਾਲਾ ਪ੍ਰੇਮ, ਉੱਥੇ ਸਾਹਮਣੇ ਬਿਠਾ ਲਿਆ। ਕਹਿੰਦੇ ਮੈਂ ਹੁਣ ਤੈਨੂੰ ਲੱਗਿਆ ਆਪਣੇ ਗੁਰੂ ਦੇ ਦਰਸ਼ਨ ਕਰਾਉਣ, ਤੇ ਮੈਨੂੰ ਫੋਟੋ ਬਣਾ ਕੇ ਦਿਖਾਈ। ਉਹ ਤਾਂ ਬੈਠਾ ਵੀ ਹੁਣ ਸੱਚਖੰਡ ਤੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਣ ਵਾਲੇ ਹੀ ਨਾ। ਇਹ ਭਲਿਆ ਮਾਨਸਾ, ਕੱਲ੍ਹ ਤੂੰ ਅਜੇ ਬਾਬਾ ਆਨੰਦ ਸਿੰਘ ਦੇ ਕੋਲ ਆਇਆ, ਜਪ ਨਹੀਂ, ਤਪ ਨਹੀਂ, ਪਾਠ ਨਹੀਂ, ਪੂਜਾ ਨਹੀਂ, ਨਿਤਨੇਮ ਨਹੀਂ, ਅੰਮ੍ਰਿਤ ਪਤਾ ਨਹੀਂ ਛਕਿਆ ਖਾਂਦੀ ਨਹੀਂ ਛਕਿਆ, ਵੀ ਇੰਨੇ ਸਸਤੇ ਵੀ ਗੁਰੂ ਨਾਨਕ ਦੇ ਇੱਕਣ ਜਿਹੜੇ ਦਰਸ਼ਨ ਕਰਨ। ਮਹਾਂਪੁਰਖਾਂ ਦੀ ਯੁਗਤੀ ਨਹੀਂ ਉਹਦੇ ਸਮਝ 'ਚ ਆਈ। ਪਹਿਲੀ ਤਾਂ ਗੱਲ ਵੀ ਏਡੇ ਵੱਡੇ ਮਹਾਂਪੁਰਸ਼ ਜਦ ਨੇ ਕਹਿ ਤਾ ਵੀ ਤੂੰ ਬਣਾ ਨਹੀਂ ਸਕਦਾ, ਤੂੰ ਉਹਦੇ ਹੱਥ ਜੋੜਦੇ ਵੀ ਮਹਾਰਾਜ ਜਾਂ ਤੁਹਾਡੇ ਬਚਨੇ ਹੋ ਗਏ ਬਣਾ ਨਹੀਂ ਸਕਦਾ, ਮੈਂ ਫਿਰ ਕੀ ਬਣਾ ਲੂੰ। ਪਰ ਉਹ ਹੋਮੇ 'ਚ ਸੀ ਮਹਾਂਪੁਰਸ਼। ਫਿਰ ਕਹਿੰਦੇ ਕਰਾਵਾਂ ਦਰਸ਼ਨ? ਕਹਿੰਦੇ ਹਾਂਜੀ ਬਣਾਏਗਾ ਫੋਟੋ। ਕਹਿੰਦੇ ਜੀ ਬਣਾਓ। ਮਹਾਂਪੁਰਸ਼ਾਂ ਨੇ ਪਰਦਾ ਖਿੱਚਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਕੀਤਾ ਹੋਇਆ, ਜਿਹੜਾ ਬਾਬਾ ਜੀ ਨੇ ਆਪ ਕੀਤਾ ਸੀ। ਕਹਿੰਦੇ ਲੈ ਮੇਰਾ ਗੁਰੂ ਨਾਨਕ ਦਾ ਬੈਠਿਆ ਨੂੰ ਤਾਂ ਕੁਛ ਤਾਂ ਜਿਹੜੀ ਫੋਟੋ ਖਿੱਚਣ ਉਹ ਢਿੱਲਾ ਜਾ ਹੋ ਕੇ ਹੋ ਗਿਆ। ਅਤੇ ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਨੂੰ ਪ੍ਰਤੱਖ ਰੂਪ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਦੇਖਿਆ, ਹੋਰ ਵੀ ਮਹਾਂਪੁਰਸ਼ਾਂ ਨੇ ਦੇਖਿਆ। ਮੈਂ ਉਹਨਾਂ ਦੀ ਗੱਲ ਸੁਣਾਈ। ਅਤੇ ਫਿਰ ਦੱਸੋ ਕਿਸ ਗੱਲ ਦੀ ਕਮੀ ਰਹੀ ਜੀਵਨ ਦੇ ਵਿੱਚ? ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜਿਤ ਰਾਵਾ। ਅੱਜ ਵੀ ਬਾਬਾ ਆਨੰਦ ਸਿੰਘ ਦਾ ਨਾਂ ਲੈ ਕੇ ਕੋਈ ਰੜੇ ਮੈਦਾਨ 'ਚ ਬਹਿ ਜਾਏ ਨਾ, ਭੁੱਖਾ ਨਹੀਂ ਮਰਦਾ। ਜੇ ਮਨ ਚਿਤ ਕੀ ਕਰਾ ਤੇ ਹਤਿਨ ਕੀ ਬਰਕਤ ਖਾਏ ਸੰਤ ਗੁਰੂ, ਉਹਨਾਂ ਦਾ ਨਾਂ ਲੈ ਕੇ ਬਹੁਤ ਸਾਰੀਆਂ ਮੌਜਾਂ ਹੋਈਆਂ ਪਈਆਂ। ਸੋ ਇਸ ਕਰਕੇ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵੀ ਭਾਵਨਾ, ਜਿਸ ਦਿਨ ਪਹਿਲੀ ਵਾਰ ਬਾਬਾ ਆਨੰਦ ਸਿੰਘ ਜੀ ਦੇ ਤਪ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਗਿਆ ਸੀ, ਉਦੋਂ ਐਡੀ ਭਾਵਨਾ ਦੇ ਬਹਿਣ ਦੇ ਵਿੱਚ ਆ ਗਏ ਅਤੇ ਮਹਾਂਪੁਰਸ਼ਾਂ ਨੇ ਆਪਣੇ ਸਿਰ ਦੀ ਦਸਤਾਰ ਹੇਠਲੀ ਕੇਸ ਵੀ ਛੱਡ ਕੇ ਨਾ, ਵੀ ਕੇਸ ਨੰਗੇ ਨਾ ਹੋ ਜਾਣ। ਜਿਹੜੇ ਸਿੰਘ ਦੇ ਸਿਰ ਦੇ ਉੱਤੇ ਸਰੂਪ ਸੀ ਮਹਾਰਾਜ ਦਾ ਸਵਾਰਾ, ਉਹਦੇ ਚਰਨਾਂ ਦੇ ਹੇਠਾਂ ਆਪਣੀ ਦਸਤਾਰ ਲਾ ਕੇ ਵਿਛਾ ਦਿੱਤੀ ਸੀ। ਕਹਿੰਦੇ ਗੁਰੂ ਨਾਨਕ ਮੇਰੇ ਘਰ ਦੇ ਵਿੱਚ ਆਇਆ। ਉਦੋਂ ਬਾਅਦ ਖੱਦਰ ਦੇ ਉਹਦਾ ਵਿਛਾਉਣ ਵਾਸਤੇ ਪ੍ਰਬੰਧ ਕੀਤਾ ਗਿਆ, ਪੂਰੇ ਇੱਕ ਥਾਨ ਲਿਆਂਦਾ ਗਿਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆਉਣ ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਹੇਠ ਵਿਛਾਈ। ਕੇ ਇਹ ਭਾਵਨਾ ਦੀ ਬਾਤ ਹੈ, ਗੁਰੂ ਗ੍ਰੰਥ ਸਾਹਿਬ ਨੂੰ ਲੋੜ ਨਹੀਂ ਇਹਨਾਂ ਗੱਲਾਂ ਦੀ, ਲੋੜ ਸਾਨੂੰ ਹੈ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਦੇਣ ਦਿੱਤੇ ਨਹੀਂ ਜਾ ਸਕਦਾ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਗੁਰੂ ਸਾਹਿਬਾਨ ਬਾਣੀ ਨਾ ਉਚਾਰਨ ਕਰਦੇ ਅੱਜ ਸੰਸਾਰ ਸਾਰਾ ਸੜ ਗਿਆ ਸੀ। ਬਾਣੀ ਦੇ ਹੁੰਦਿਆਂ ਹੋਇਆ ਇੰਨਾ ਸੜ ਰਿਹਾ, ਫਿਰ ਤਾਂ ਬਿਲਕੁਲ ਹੀ ਸੜ ਗਿਆ ਸੀ। ਜਿਹੜੀ ਬਾਣੀ ਨੂੰ ਨਹੀਂ ਜੁੜੇ ਉਹ ਤਾਂ ਹਿਰਦੇ ਸੜ ਗਏ। ਤੇ ਗੁਰੂ ਸਾਹਿਬਾਨੇ ਨੇ ਇਹ ਪਰਉਪਕਾਰ ਕੀਤਾ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਬਿਝ ਗਈ। ਉਹਨਾਂ ਦੀ ਬੁਝੇਗੀ, ਜਿੱਥੇ ਮੀਂਹ ਅੱਗ ਦੇ ਉੱਤੇ ਪੈ ਗਿਆ ਅੱਗ ਤਾਂ ਬੁਝੂਗੀ। ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਰ ਦਰਸ਼ਨ ਪਾਏ ਜੀ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿੰਨੇ ਜਿਸਮ ਦੇ ਰੋਮਨ ਜੇ ਇੰਨੇ ਜਨਮ ਧਾਰ ਕੇ ਵੀ ਧੰਨਵਾਦ ਕਰੀਏ ਤਾਂ ਵੀ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਦਾ ਪਰਉਪਕਾਰ ਏਡਾ ਵੱਡਾ ਹੈ, 14 ਜੰਗ ਜ਼ਾਲਮਾਂ ਨਾਲ ਲੜੇ ਜਿਹੜੇ ਚੜ ਕੇ ਆਏ ਤੇ ਪਰਿਵਾਰ ਦੇ 22 ਜੀ ਸ਼ਹੀਦ ਹੋ ਗਏ। ਇੱਕ ਸ਼ਹੀਦ ਹੋ ਜਾਵੇ ਨਾ ਤੇ ਉਹਨੂੰ ਯਾਦ ਯਾਦ ਕਰ ਕਰਕੇ ਲੋਕ ਰੋਂ ਜਾਂਦੇ ਆ। ਤੇ 22 ਸ਼ਹੀਦ ਹੋਏ ਤੇ ਪੁੱਤਰ 4 ਸੰਸਾਰ ਤੋਂ ਤੁਰ ਗਏ ਅੱਖਾਂ ਦੇ ਸਾਹਮਣੇ ਤੇ ਹੰਝ ਇੱਕ ਵੀ ਨਹੀਂ ਸਿੱਟਿਆ, ਇੱਕ ਵੀ ਹੰਝੂ ਨਹੀਂ ਸਿੱਟਿਆ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਤੀਸਰੇ ਪਹਿਰ ਸਿੱਧਾ ਕੀਰਤਨ ਕਰਿਆ ਕਰਦੇ ਸੀ। ਧਾਰਨਾ ਉਹਨਾਂ ਦੇ ਭਰਾਤਾ ਸੰਤ ਬਾਬਾ ਇੰਦਰ ਸਿੰਘ ਜੀ, ਉਹਨਾਂ ਦੀ ਬਰਸੀ ਤੇ ਉਹਨਾਂ ਦੀਆਂ ਧਾਰਨਾ ਵੀ
ਕਿਹੜੀ ਧਾਰਨਾ ਕਿਹੜੇ ਥਾਂ 'ਤੇ ਉਹਨਾਂ ਨੇ ਗੈਨ ਕੀਤੀ ਸੀ ਉਹ ਵੀ ਦੱਸਿਆ ਕਰਦੇ ਵੀ ਆਹ ਕੁੰਭ ਦੇ ਮੇਲੇ 'ਤੇ ਹਰਿਦੁਆਰ ਧਾਰਨਾ ਪੜ੍ਹੀ ਸੀ, ਆਹ ਫਲਾਣੇ ਥਾਂ ਪੜ੍ਹੀ ਸੀ। ਉਹਨਾਂ ਨੇ ਧਾਰਨਾ ਪੜ੍ਹੀ ਸੀ ਚਾਰੇ ਪੁੱਤਰ ਧਰਮ ਉਤੋਂ ਬਾਹਰ ਤੇ ਇੱਕ ਬਿਨਾ ਹੰਝੂ ਪੇਰਿਆ, ਹੰਝੂ ਇੱਕ ਵੀ ਨਹੀਂ ਪੁੱਤਰ ਚਾਰ। ਫਿਰ ਖਾਲਸੇ ਦੇ ਵਾਸਤੇ ਪਰਉਪਕਾਰ ਕਿੱਡਾ ਵੱਡਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਓਅੰਕਾਰ ਤੋਂ 18-10-20 ਤੱਕ ਆਪਣੀ ਰਸਨਾ ਤੋਂ ਸ਼ਬਦ ਜਿਹੜੇ ਵਿਆਖਿਆ ਜਿਹੜੀ ਸੀ ਭਾਈ ਮਨੀ ਸਿੰਘ ਸਾਹਿਬ ਲਿਖਾਰੀ ਲੱਗੇ ਅਤੇ ਆਪਣੀ ਰਸਨਾ ਤੋਂ ਅਰਥ ਕੀਤੇ ਗੁਰੂ ਗ੍ਰੰਥ ਸਾਹਿਬ ਦੇ। ਜੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਸ਼ਹਿਨਸ਼ਾਹ ਨੇ ਨਾ ਕੀਤੇ ਹੁੰਦੇ ਅੱਜ ਖਾਲਸੇ ਪੰਥ ਕੋਲ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਵੀ ਨਾ ਹੁੰਦੀ। ਇਹ ਪਰਉਪਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਫਿਰ ਉਹਨਾਂ ਸਤਿਗੁਰਸ਼ਾਂ ਦਾ ਕਿੰਨਾ ਕੁ ਧੰਨਵਾਦ ਕਰੀਏ, ਬਾਦਸ਼ਾਹਾਂ ਦੇ ਘਰਾਣੇ ਵਿੱਚ ਬਾਦਸ਼ਾਹ ਦੇ ਕੋਲ ਜੋ ਉਹਨਾਂ ਦੀ ਸੰਤਾਨ ਹੁੰਦੀ ਸੀ, ਜੋ ਪਾਤਸ਼ਾਹ ਦਾ ਪੁੱਤਰ ਉਹਦੀ ਗੱਦੀ 'ਤੇ ਆਉਂਦਾ ਸੀ, ਉਹਦਾ ਇੱਕੋ ਹੀ ਨਿਸ਼ਾਨਾ ਹੁੰਦਾ ਸੀ ਕਿ ਮੈਂ ਆਪਣੇ ਪਿਤਾ ਪਾਤਸ਼ਾਹ ਦੇ ਖਜ਼ਾਨੇ ਵਿੱਚ ਕੋਈ ਕਮੀ ਨਹੀਂ ਆਉਂਦਾ, ਖਜ਼ਾਨਾ ਹੋਰ ਭਰਨਾ। ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਰਥ ਕੀਤੇ ਉਹਨਾਂ ਅਰਥਾਂ ਦੇ ਕੋਸ਼, ਉਹਨਾਂ ਅਰਥਾਂ ਦੇ ਖਜ਼ਾਨੇ ਵਿੱਚ ਮਹਾਂਪੁਰਖਾਂ ਨੇ ਆਪਣੇ ਅਨੁਭਵ ਦੇ ਅਰਥ ਉਹਦੇ ਵਿੱਚ ਲਗਾ ਕੇ ਇਸ ਖਜ਼ਾਨੇ 'ਚ ਹੋਰ ਵਾਧਾ ਕੀਤਾ। ਅਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 150 ਸਿੰਘਾਂ ਦਾ ਜਥਾ ਲੈ ਕੇ ਪੂਰੇ ਭਾਰਤ ਦੇ ਕੋਨੇ ਕੋਨੇ ਵਿੱਚ ਇਤਿਹਾਸਕ ਸਥਾਨਾਂ 'ਤੇ ਕਿਤੇ 10 ਦਿਨ, ਕਿਤੇ 15 ਦਿਨ, ਕਿਤੇ ਮਹੀਨਾ, ਕਿਤੇ ਵੱਧ ਵੀ ਟਾਈਮ ਹੋ ਜਾਂਦਾ ਸੀ। ਭਿੰਡਰੀ 2-2 ਸਾਲ ਬਾਰੀ ਨਹੀਂ ਸੀ ਆਉਂਦੀ ਆਪਣੇ ਸਥਾਨ 'ਤੇ ਜਾਣ ਨੂੰ, ਕਈ ਵਾਰੀ ਐਸਾ ਵੀ ਹੋਇਆ ਕੋਈ ਅਸਥਾਨ ਦੀ ਮਮਤਾ ਨਹੀਂ ਸੀ ਵੀ ਉੱਥੇ ਸਾਡਾ ਅਸਥਾਨ ਹੈ, ਵੀ ਉੱਥੇ ਕੋਈ ਮਤਲਬ ਨਹੀਂ ਸੀ, ਪ੍ਰਬੰਧ ਪੂਰਾ ਨਿਗਾਹ ਪੂਰੀ ਰੱਖਣੀ। ਉਹਨਾਂ ਦੀਆਂ 2 ਕਥਾ ਮਹਾਂਪੁਰਸ਼ਾਂ ਦੀਆਂ ਪ੍ਰਾਪਤ ਹੋਈਆਂ, 2 ਵਾਰੀ ਸੁਣਿਆ ਮਹਾਂਪੁਰਸ਼ਾਂ ਦੀ ਜਿਹੜੀ ਕਥਾ ਅੰਮ੍ਰਿਤ ਵਿਚਾਰ, ਉਹਦੇ ਵਿੱਚ ਉਹਨਾਂ ਨੇ ਬਚਨ ਸੁਣਾਇਆ ਸੰਤ ਬਾਬਾ ਮੱਘਰ ਸਿੰਘ ਜੀ ਦਾ। ਇਹ ਰਾਮਗੜ੍ਹ ਦੇ ਸਨ, ਜਗਰਾਮ ਦੇ ਕੋਲ ਹੈ ਰਾਮਗੜ੍ਹ ਪਿੰਡ, ਰਾਮਗੜ੍ਹ ਪੁਰਾਣਾ ਫੌਜ ਦੇ ਵਿੱਚ ਸਨ ਮਹਾਂਪੁਰਸ਼। ਜਰਮਨ ਦੀ ਲੜਾਈ ਦੇ ਵਿੱਚ ਬਾਬਾ ਮੱਘਰ ਸਿੰਘ ਜੀ ਖੁਦ ਆਪ ਪਹੁੰਚੇ ਹੋਏ ਸੀ, ਸਿੰਘਾਂ ਦਾ ਜਥਾ ਉਸ ਵੇਲੇ ਦਾ ਇੱਕ ਚਿੱਤਰ ਵੀ ਮਿਲਦਾ ਉਹਨਾਂ ਦਾ ਕਿ ਸਾਜ ਨਾ ਮਿਲ ਸਕੇ ਉਹ ਤਬਲੇ ਦੇ ਥਾਂ 'ਤੇ ਨਾ, ਅਤੇ ਉਹ ਪੀਪੀ ਜੀ ਉਹ ਮੁੱਧੀ ਮਾਰ ਕੇ ਉਹਦੇ ਉੱਤੇ ਸਿੰਘ ਵਜਾ ਰਿਹਾ ਅਤੇ ਆਸਾ ਦੀ ਵਾਰ ਫਿਰ ਵੀ ਨਹੀਂ ਛੱਡੀ ਗਈ ਇਹਦੀ ਕਲਾ 'ਚ। ਅਤੇ ਮਹਾਂਪੁਰਸ਼ ਇੱਕ ਜਗ੍ਹਾ ਪਹੁੰਚੇ ਹੋਏ ਸੀ ਬਸਰੀ ਦਾ ਸ਼ਹਿਰ ਦੇ ਬਚਨ ਮਹਾਂਪੁਰਖ ਦੱਸ ਰਹੇ ਸੀ, ਕਹਿੰਦੇ ਉੱਥੇ ਵਿਚਾਲੇ ਦਰਿਆ ਸੀ, ਦਰਿਆ ਦੇ ਅਗਲੇ ਪਾਸੇ ਇਹਨਾਂ ਮਹਾਂਪੁਰਸ਼ਾਂ ਦੀ ਸਫਰਮੈਨਾਂ ਵਿੱਚ ਡਿਊਟੀ ਲੱਗ ਗਈ। ਅੰਗਰੇਜ਼ ਦਾ ਰਾਜ ਸੀ ਅਤੇ ਅੰਗਰੇਜ਼ ਦਾ ਹੁਕਮ ਸੀ ਵੀ ਸਫਰਮੈਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦਾ, ਦੂਸਰੇ ਥਾਂ 'ਤੇ ਹੁੰਦਾ ਸੀ ਮਹਾਰਾਜ ਦਾ ਸਰੂਪ। ਸੰਤ ਬਾਬਾ ਮੱਘਰ ਸਿੰਘ ਜੀ ਦਾ ਨਿਯਮ ਸੀ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹਰ ਰੋਜ਼ ਕਰਦੇ ਸੀ। ਹੁਣ ਸਰਕਾਰ ਦੀ ਨੌਕਰੀ ਹੈ, ਫੌਜੀ ਨੂੰ ਸਭ ਤੋਂ ਪਹਿਲਾਂ ਸਬਕ ਇਹ ਦਿੱਤਾ ਜਾਂਦਾ ਵੀ ਤੂੰ ਹੁਕਮ ਮੰਨਣਾ, ਅਤੇ ਜਦੋਂ ਅਸੀਂ ਅੰਮ੍ਰਿਤਸਰ ਦੇ ਹੁਕਮ ਤਾਂ ਸਾਨੂੰ ਵੀ ਇਹੀ ਮਿਲਿਆ। ਝੂਠੀਆਂ ਸਰਕਾਰਾਂ ਦੇ ਹੁਕਮ ਬੜੇ ਚਾਅ ਨਾਲ ਮੰਨਦੇ, ਉਹ ਸੱਚੀ ਸਰਕਾਰ ਦਾ ਹੁਕਮ ਨਹੀਂ ਹੁਕਮ ਮੰਨਦੇ, ਇਸ ਕਰਕੇ ਘੱਟ 'ਚ ਰਹਿ ਰਹੇ ਹਾਂ। ਖੈਰ ਮੁੱਕਦੀ ਗੱਲ ਵੀ ਉਹ ਸਫਰਮੈਨਾਂ 'ਚ ਡਿਊਟੀ ਲੱਗ ਗਈ ਅਤੇ ਮਹਾਂਪੁਰਸ਼ਾਂ ਨੇ ਬੜਾ ਇਸ ਗੱਲ ਦਾ ਮਨ ਦੇ ਵਿੱਚ ਵਾਰ ਵਾਰ ਵਿਚਾਰ ਆਏ ਵੀ ਬਾਕੀ ਤਾਂ ਸਭ ਕੁਛ ਠੀਕ ਹੈ, ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿ
क्यों? प्रतख गुरु गोबिंद सिंह का रूप देखते ਉਹ ਬਚਨ ਰੋਜ਼ ਚੇਤੇ ਕਰਦੇ ਸੀ ਮਹਾਰਾਜ ਤੁਸੀਂ ਇਹ ਬਚਨ ਕੀਤਾ ਵੀ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾ ਇੰਨੇ ਵਿਰਾਗ ਦੇ ਵਿੱਚ ਸੀ ਮਹਾਂਪੁਰਖ ਦੱਸਦੇ ਕਹਿੰਦੇ ਵੀ ਉਹਨਾਂ ਦੀ ਐਡੀ ਵੱਡੀ ਅਵਸਥਾ ਬਣ ਗਈ ਸੀ ਕਿ ਜਦੋਂ ਉਹ ਰੁਮਾਲਾ ਚੁੱਕਦੇ ਸੀ ਹੁਕਮਨਾਮਾ ਲੈਣ ਵਾਸਤੇ ਤਾਂ ਬਾਬਾ ਮੱਘਰ ਸਿੰਘ ਜੀ ਕਹਿੰਦੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰੂਪ ਨਜ਼ਰ ਆਉਂਦੇ ਨੇ ਉਸੇ ਵੇਲੇ ਮੈਨੂੰ ਦਰਸ਼ਨ ਹੋ ਜਾਂਦੇ ਉਹ ਭੇਦ ਪੁਰਖ ਸੀ ਅਥਾਹ ਪਿਆਰ ਸੀ ਗੁਰੂ ਗ੍ਰੰਥ ਸਾਹਿਬ ਅਤੇ ਮਹਾਂਪੁਰਖ ਵੀ ਅੰਮ੍ਰਿਤ ਵੇਲਾ ਹੁਣ ਕਿਸ ਤਰ੍ਹਾਂ ਦਾ ਹੋਊਗਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਬੜੀ ਔਖੀ ਬਾਤ ਲੱਗੀ ਅੰਗਰੇਜ਼ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦੀ ਇਸ ਭਾਵਨਾ ਦੀ ਕਦਰ ਕਰਦੇ ਹੋਇਆਂ ਜਰਮਨ ਦੇ ਵਿੱਚ ਇੱਕ ਸਰੂਪ ਛਪੇ ਸੀ ਉਸ ਸਰੂਪ ਦੇ ਮੈਂ ਦਰਸ਼ਨ ਕੀਤੇ ਹੈ ਬਿਲਕੁਲ ਜਿਵੇਂ ਛੋਟੀ ਜਿਹੀ ਡੱਬੀ ਹੁੰਦੀ ਹੈ ਇੰਨੇ ਕੁ ਆਕਾਰ ਦਾ ਸਾਰਾ ਸਰੂਪ ਗੁਰੂ ਗ੍ਰੰਥ ਸਾਹਿਬ ਪਰ ਆਕਾਰ ਇੰਨਾ ਉਹ ਸਾਡੇ ਉਹ ਸਿੰਘਾਂ ਨੇ ਇਹੋ ਜਿਹੀ ਵਿਆਖਲੀ ਕੀਤੀ ਵੀ ਉਹ ਸਰੂਪ ਮਿਲ ਗਿਆ ਸੀ ਪਰ ਇਹਨਾਂ ਨੇ ਮੇਰੇ ਬਿਨਾਂ ਦੱਸੇ ਪਤਾ ਨਹੀਂ ਉਹ ਕਿਸ ਤਰ੍ਹਾਂ ਕਿਹਨੂੰ ਕਿਸਰੇ ਲੋੜ ਵਾਲੇ ਨੂੰ ਦਿੱਤਾ ਮੈਨੂੰ ਦੱਸਿਆ ਤੱਕ ਵੀ ਨਹੀਂ ਹੈ ਅਤੇ ਉਹ ਤੋਂ ਬਾਅਦ ਫਿਰ ਸਾਰਾ ਪ੍ਰਬੰਧ ਲਾਇਬ੍ਰੇਰੀ ਦਾ ਮੈਂ ਆਪਣੇ ਹੱਥ 'ਚ ਲਿਆ ਕਿਤੇ ਹੋਰ ਕੁਛ ਨਾ ਗਵਾ ਦੇਣ ਉਹ ਫਿਰ ਇਹ ਸੀ ਵੀ ਫੌਜ ਦੇ 'ਚ ਲਿਜਾਣਾ ਸਰੂਪ ਸੌਖਾ ਰਹੂਗਾ ਇਹ ਜਰਮਨ ਦੇ ਵਿੱਚ ਇਹ ਸਰੂਪ ਛੱਪੇ ਸੀ ਉਸ ਵੇਲੇ ਗੁਰਸਿੱਖਾਂ ਦੀ ਨਿਗਾਹ ਕਿੱਡੀ ਤੇਜ਼ ਸੀ ਸਾਡੇ ਕੋਲ ਉਹ ਨਿਗਾਹ ਨਾ ਰਹੀ ਇੰਨੇ ਬਰੀਕ ਅੱਖਰ ਵੀ ਬਿਨਾਂ ਅਹਿਮਤਾਂ ਤੋਂ ਪੜ੍ਹ ਲੈਂਦੇ ਸੀ ਖੈਰ ਇਹ ਵੱਖਰੀ ਬਾਤ ਹੈ ਉੱਥੇ ਮਹਾਰਾਜ ਦਾ ਸਰੂਪ ਦਰਿਆ ਦੇ ਦੂਜੇ ਕਿਨਾਰੇ ਸੰਤ ਬਾਬਾ ਮੱਘਰ ਸਿੰਘ ਜੀ ਸਬਰਮੈਨ ਦਰਿਆ ਦੇ ਦੂਜੇ ਕਿਨਾਰੇ ਅਤੇ ਉੱਧਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਜਦੋਂ ਬੀਨ ਵੱਜਦੀ ਹੈ ਸਪੇਰਾ ਬਿਨੀ ਬੀਨ ਵਜਾਵੇ ਤੇ ਸੱਪ ਖੁੱਡ ਤੋਂ ਬਾਹਰ ਆ ਜਾਂਦਾ ਸੱਪ ਨੂੰ ਭਾਵੇਂ ਕੋਈ ਮਾਰ ਦੇਵੇ ਉਹ ਤਾਂ ਵੀ ਇੰਨਾ ਬੇਬਸ ਹੋ ਜਾਂਦਾ ਸੀ ਉਸਦੇ ਮਿਲਣ ਲੱਗ ਜਾਂਦਾ ਉਹ ਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਮਨ ਬਣਾ ਲਿਆ ਵੀ ਦਰਿਆ ਤੈਰ ਕੇ ਲੰਘ ਜਾਣਾ ਇਹ ਨਹੀਂ ਦੇਖਿਆ ਵੀ ਇੰਨਾ ਡੂੰਘਾ ਦਰਿਆ ਤੈਰ ਕੇ ਲੰਘਿਆ ਨਹੀਂ ਜਾ ਸਕਦਾ ਭਾਵਨਾ ਦੇ ਬਸ ਇਹ ਸੋਚੇ ਨਹੀਂ ਵੀ ਡੁੱਬ ਕੇ ਮਰ ਸਕਦਾ ਉਹ ਕਹਿੰਦੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਡੁੱਬ ਕੇ ਮਰਨਾ ਵੀ ਜਿਹੜਾ ਹੈ ਇਹ ਵੀ ਸਵੀਕਾਰ ਹੈ ਮੌਤ ਨੂੰ ਸਵੀਕਾਰ ਕਰ ਲਿਆ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਅਸੀਂ ਕਹਿੰਦੇ ਹਾਂ ਪਰ ਅਮਲ ਦੇ ਵਿੱਚ ਸੀ ਨਾ ਮਹਾਂਪੁਰਖਾਂ ਨੇ ਜਦੋਂ ਦਰਿਆ ਦੇ ਵਿੱਚ ਠਿੱਲਣ ਲੱਗੇ ਬਸਤਰ ਜਿਹੜੇ ਸੀ ਆਪਣੇ ਸਿਰ ਨੂੰ ਬੰਨ ਲਏ ਵੀ ਮੈਂ ਤੈਰ ਕੇ ਲੰਘ ਜਾਊਂ ਫੌਜੀ ਸੀ ਹੌਂਸਲਾ ਸੀ ਆਵਾਜ਼ ਆਈ ਸੰਤ ਜੀ ਦੇਖਿਓ ਕਿਤੇ ਦਰਿਆ ਬੜਾ ਡੂੰਘਾ ਵੀ ਕੌਣ ਰਾਤ ਸੀ ਉਸ ਆਵਾਜ਼ ਨੇ ਕਿਹਾ ਮੈਂ ਕੇਵਟ ਵਾਲਾ ਹਾਂ ਮੇਰੇ ਕੋਲ ਆ ਜਾਓ ਸਿੱਧੇ ਮਹਾਂਪੁਰਖ ਨੇ ਅੱਧੀ ਰਾਤ ਤੋਂ ਕਿਸ਼ਤੀ ਲੈ ਕੇ ਇੱਥੇ ਖੜਾ ਕਹਿੰਦੇ ਕਿਸ਼ਤੀ ਵਿੱਚ ਬੈਠੋ ਮੈਂ ਤੁਹਾਨੂੰ ਪਰਲੇ ਕਿਨਾਰੇ ਕਰਦਾ ਮਹਾਂਪੁਰਸ਼ਾਂ ਨੇ ਬਹੁਤ ਧੰਨਵਾਦ ਕੀਤਾ ਕੇਵਟ ਵਾਲੇ ਦਾ ਅਤੇ ਉਹਦੇ 'ਚ ਕਿਸ਼ਤੀ ਦੇ ਵਿੱਚ ਮਹਾਂਪੁਰਖ ਬਹਿ ਗਏ ਕਿਨਾਰਾ ਆ ਗਿਆ ਕਹਿੰਦੇ ਸੰਤ ਜੀ ਜਾਓ ਤੁਸੀਂ ਦਰਸ਼ਨ ਕਰ ਗਏ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਹੰਝੂਆਂ ਦੇ ਨਾਲ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਫੁੱਲਾਂ ਦਿੱਤਾ ਹੰਝੂ ਭੇਟ ਕੀਤੇ ਗਰੀਨਵਾਲ ਤੂੰ ਕਿਸ਼ਤੀ ਵਾਲਾ ਭੇਜ ਕੇ ਮੈਨੂੰ ਆਪ ਹੀ ਦਰਸ਼ਨ ਕਰਾ ਦਿੱਤੇ
ਤੇ ਹੁਣ ਇੱਧਰੋਂ ਜਾਣਾ ਦਾ ਤਾਂ ਕੋਈ ਫਿਕਰ ਹੀ ਨਹੀਂ ਹੈ, ਇੱਧਰੋਂ ਜਾਣ ਦਾ ਤਾਂ ਦਿਨ ਚੜ ਰਿਹਾ, ਕੋਈ ਪ੍ਰਬੰਧ ਹੋ ਜਾਊਗਾ। ਆਸਾ ਦੀ ਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਮਾਪਤ ਹੋਈ। ਤੁਹਾਨੂੰ ਤਾਂ ਹੁਣ ਬਹੁਤ ਮੌਜ ਹੈ, ਚਾਹੇ 10 ਵਜੇ ਆਸਾ ਦੀ ਵਾਰ ਲਾ ਲਓ, ਤੁਹਾਨੂੰ ਕਿਹੜਾ ਕਿਸੇ ਨੇ ਕਹਿਣਾ ਹੈ ਕੁਛ। ਫਿਰ ਉਹ ਮਰਿਆਦਾ ਉਸ ਵੇਲੇ ਉਹੀ ਸੀ, ਤੁਹਾਡੀ ਆਪਣੀ ਮਰਿਆਦਾ ਹੈ ਇੱਧਰ ਦੀ। ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ 5 ਵਜੇ ਭੋਗ ਪਾਇਆ ਕਰੋ, ਜਾਂ ਰਾੜਾ ਸਾਹਿਬ ਹੁਣ ਵੀ ਭੋਗ ਜਿਹੜਾ ਸਵਖਤ ਪੈਂਦਾ। ਅਤੇ ਮਹਾਂਪੁਰਖ ਹੁਣ ਪ੍ਰਸ਼ਾਦ ਰਿਹਾ ਅਤੇ ਉਹ ਪੁੱਛਿਆ ਕਿ ਮਗਰ ਸਿੰਘ ਜੀ ਇਹ ਤੁਸੀਂ ਕਹਿੰਦੇ ਵੀ ਦਰਸ਼ਨ ਮਹਾਰਾਣੀ ਕਿਰਪਾ ਕਰਦੀ ਦਰਸ਼ਨ। ਉਹ ਜਦੋਂ ਆਏ ਕਿਸ਼ਤੀ ਵਾਲਾ ਫੇਰ ਖੜਾ, ਮਹਾਂਪੁਰਖ ਕਹਿੰਦੇ ਵੀ ਉਹ ਕਿਸ਼ਤੀ ਵਾਲੇ ਨੂੰ ਕਹਿੰਦੇ ਤੁਸੀਂ, ਕਹਿੰਦੇ ਹੁਣ ਤੁਹਾਨੂੰ ਲਿਜਾ ਕੇ ਛੱਡਣਾ ਨਹੀਂ, ਤੁਸੀਂ ਜ਼ਿੰਮੇਵਾਰੀ ਹੈ ਜਿੱਥੋਂ ਲੈ ਕੇ ਆਇਆ ਉੱਥੇ ਛੱਡੋ। ਮਹਾਂਪੁਰਸ਼ ਕਹਿੰਦੇ ਕਿਸ਼ਤੀ ਵਾਲਿਆ ਮਲਾਹ ਤਾਂ ਬੜੇ ਦੇਖੇ ਪਰ ਤੇਰੇ ਵਰਗਾ ਨਹੀਂ ਦੇਖਿਆ। ਉਹ ਕਹਿੰਦੇ ਮੇਰੇ ਵਰਗਾ ਹੈ ਵੀ ਨਹੀਂ ਹੈ ਕੋਈ, ਸਮਝ ਫੇਰ ਨਹੀਂ ਆਈ ਗੱਲ। ਤੁਸੀਂ ਬੈਠੋ। ਜਦੋਂ ਅਗਲੇ ਕਿਨਾਰੇ 'ਤੇ ਗਏ ਅਤੇ ਮਹਾਂਪੁਰਸ਼ਾਂ ਨੇ ਕਿਹਾ ਕਿ ਵੀ ਕੇਵ ਵਾਲਿਆ ਤੂੰ ਬੜਾ ਚੰਗਾ ਬੰਦਾ ਹੈ, ਇੱਕ ਤਾਂ ਮੈਨੂੰ ਮਰਨ ਤੋਂ ਬਚਾਇਆ ਤੈਂ, ਦੂਸਰਾ ਮੈਨੂੰ ਗੁਰੂ ਦੇ ਦਰਸ਼ਨ ਕਰਾਏ ਨੇ, ਲੈ ਜੋ ਮੇਰੇ ਕੋਲ ਹੈ ਮੈਂ ਤੈਨੂੰ ਉਹੀ ਦੇ ਦਿਆਂ। ਅਤੇ ਮਹਾਂਪੁਰਸ਼ਾਂ ਨੇ ਗੋਝੇ 'ਤੇ ਹੱਥ ਮਾਰਿਆ, ਜਦੋਂ ਉੜ ਕੇ ਭੁਆ ਕੇ ਦੇਖਿਆ ਤੇ ਮੁੜ ਕੇ ਨਾ ਕਿਸ਼ਤੀ ਨਾ ਕਿਸ਼ਤੀ ਵਾਲਾ ਉੱਥੇ ਕਿਨਾਰੇ 'ਤੇ ਬਹਿ ਕੇ। ਫਿਰ ਮਹਾਂਪੁਰਖਾਂ ਨੇ ਬੈਰਾਗ ਦੇ ਵਿੱਚ ਆ ਕੇ ਉੱਚੇ ਉੱਚੇ ਰੋਣ ਲੱਗ ਕੇ ਕਹਿੰਦੇ ਹੇ ਦਾਤਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜੇ ਮੈਨੂੰ ਪਤਾ ਲੱਗ ਜਾਂਦਾ ਵੀ ਤੂੰ ਆਪ ਹੀ ਮਲਾਹ ਬਣ ਕੇ ਆ ਗਿਆ, ਮੈਂ ਤੇਰੇ ਚਰਨ ਪਰਸਦਾ, ਮੈਂ ਤਾਂ ਮਤਲਬ ਇਹੀ ਸਮਝਦਾ ਰਿਹਾ ਵੀ ਕੇਵਲ ਵਾਲਾ। ਇਹ ਦਰਸ਼ਨਾਂ ਦਾ ਫਲ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੰਨਾ ਸਨੇਹ ਕੀਤਾ ਗੁਰਸਿੱਖ ਨੇ, ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਇਸ ਵਚਨ ਦੀ ਲਾਜ਼ਮੀ ਰੱਖੀ ਕਿ ਜੋ ਮੈਂ ਵਚਨ ਕਹੇ ਸੀ ਸਿੱਖ ਪੁੱਤਰਾ, ਕਿ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ। ਇਹਨਾਂ ਗੱਲਾਂ ਦਾ ਪ੍ਰਚਾਰ ਕਿਉਂ ਨਹੀਂ ਹੋ ਰਿਹਾ? ਕਿਤੇ ਨਾ ਕਿਤੇ ਨੁਕਸਾਨ ਨਜ਼ਰ ਆ ਰਿਹਾ ਹੈ, ਕਿਤੇ ਨਾ ਕਿਤੇ ਘਾਟਾ ਨਜ਼ਰ ਆ ਰਿਹਾ ਹੈ। ਜੇ ਮੈਂ ਇਹ ਗੱਲਾਂ ਇਹੋ ਜਿਹਾ ਪ੍ਰਚਾਰ ਕਰਦਾ ਰਿਹਾ ਤਾਂ ਮੇਰੇ ਪੈਰਾਂ ਨਾਲ ਨਹੀਂ ਜੁੜਨਾ ਕਿਸੇ ਨੇ, ਮੇਰੀ ਦੇਹ ਨਾਲ ਨਹੀਂ ਜੁੜਨਾ, ਜੋ ਮੈਂ ਲੋਕਾਂ ਤੋਂ ਧਨ ਠੱਗਣਾ ਉਹ ਮੇਰੇ ਕੋਲ ਨਹੀਂ ਆਉਣਾ। ਪੂਜਾ ਆਪਣੀ ਦਿਖਾਵੇ ਮਾਤਰ ਕਹਿੰਦਾ, ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਕਰਦੇ ਹਾਂ। ਇਹ ਤਾਂ ਭਾਈ ਜਿੰਨੇ ਵੀ ਦੇਹਧਾਰੀ ਗੁਰੂ ਕਹਾਉਂਦੇ ਨੇ ਆਪਣੇ, ਉਹ ਵੀ ਕਹਿੰਦੇ ਨੇ ਗੱਲ ਤਾਂ ਇਮਾਨਦਾਰੀ ਨਾਲ ਅੰਦਰ ਤੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਅਤੇ ਅੰਦਰ ਤੋਂ ਹੀ ਜੋੜਨਾ। ਮਹਾਰਾਜ ਕਿਹਾ ਗੁਰੂ ਦਰਸ਼ ਦੇ ਦੇਖਣਾ ਸ੍ਰੀ ਗ੍ਰੰਥ ਦਰਸਾਏ। ਕਹਿਣ ਲੱਗੇ ਦਾਤਾ ਜੀ ਇਸ ਗੱਲ ਦਾ ਤਾਂ ਅਸੀਂ ਸਬਰ ਕਰਨਾਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪ ਜੀ ਤੋਂ ਬਾਅਦ ਅਸੀਂ ਤੁਹਾਡਾ ਰੂਪ ਸਮਝ ਕੇ ਅਸੀਂ ਦਰਸ਼ਨ ਕਰ ਲਿਆ ਕਰਾਂਗੇ। ਪਰ ਇੱਕ ਬਾਤ ਹੋਰ ਵੀ ਹੈ, ਹੁਣ ਇਹ ਤਾਂ ਗੱਲ ਤੈਅ ਆ ਹੋ ਗਈ ਕਿ ਤੁਸੀਂ ਨਾ ਸਰੀਰ ਓਹਲੇ ਕਰਨਾ, ਇਹ ਤਾਂ ਤੈਅ ਹੋਊਗਾ। ਜੈਸਾ ਹੁਕਮ ਅਕਾਲ ਕਾ ਥਾਂ ਸੋਈ ਮਾਨਾ, ਉਹ ਮੰਨ ਲਿਆ ਅਕਾਲ ਪੁਰਖ ਦਾ ਹੁਕਮ, ਅਸੀਂ ਵੀ ਮੰਨਾਂਗੇ। ਕਿਉਂਕਿ ਜਰਾਹ ਨੂੰ ਬੁਲਾਇਆ ਸੀ ਜਦੋਂ ਦੁਬਾਰੇ ਤੋਪੇ ਖੁੱਲ੍ਹ ਗਏ ਸੀ, ਮਹਾਰਾਜ ਦੇ ਜਿਹੜਾ ਸ਼ਸਤਰ ਦਾ ਸਤਿਕਾਰ ਕਰਦਿਆਂ ਹੋਇਆ ਖਪਰੇ ਤੀਰ ਜਿਹੜਾ ਚਲਾਏ ਸੀ, ਜਿਹੜੀ ਖੰਜਰ ਲੱਗੀ ਸੀ ਉਹ ਤਾਂ ਜ਼ਖਮ ਠੀਕ ਹੋ ਗਏ ਸੀ ਦੁਬਾਰੇ, ਪਹਿਲਾਂ ਉਹਨਾਂ ਨੂੰ ਵੱਡਾ ਜ਼ਖਮ ਖੁੱਲ੍ਹਿਆ ਸੀ। ਚਾਹੇ ਉਹ ਜਾ ਜਰਾ ਹਕੀਮ ਨੇ ਫਿਰ ਜ਼ਖਮ ਸਿਲਾਨਾ, ਨਹਿਣ ਸਿਲਵਾਇਓ ਸਤਿਗੁਰੂ, ਕਹਿੰਦੇ ਨਹੀਂ ਨਹਿ ਸਿਲਵਾਇਓ ਸਤਿਗੁਰੂ, ਖੁਦ ਹੀ ਬੰਦ ਰੱਖਾ, ਕਮਰ ਕਸਾ ਚੰਗੀ ਤਰ੍ਹਾਂ ਕਰ ਲਿਆ। ਕਿਉਂ? ਕਹਿੰਦੇ ਤਨ ਅਸਥੂਲ ਤਿਆਗਣੋ ਰਿਹਤ ਤਿਆਰਾ ਲੱਖਾ, ਅਸੀਂ ਹੁਣ ਸਰੀਰ ਤਿਆਗਣਾ ਭਾਈ, ਫਿਰ ਇਹਦੇ ਕੋਲ ਤੋਪੇ ਭਰਨ ਦੀ ਤਾਂ ਹੁਣ ਕੀ ਲੋੜ ਹੈ ਜਦੋਂ ਸਰੀਰ ਹੀ ਨਹੀਂ ਰਹਿਣਾ। ਤਾਂ ਸਿੱਖਾਂ ਨੇ ਕਿਹਾ ਗਰੀਬ ਨਿਵਾਜ, ਜਿਵੇਂ ਤੁਹਾਡੇ ਨਾਲ ਅਸੀਂ ਬਹਿ ਕੇ
वचन विलास करते हैं, कोई शंका होंगी है वो निवृत्त करते हैं, तुहाडे कोलों ब्रह्म ज्ञान का उपदेश लैंदे हां। ते महाराज फिर जे तुहाडे नाल वचन करने होण उह घाटा तां रहेगा ना तां महाराज कहिंदे नहीं इह वी नहीं रहेगा। महाराज साहिब जी कहिंदे गुरु सिखो गुरु दर्श जे देखणा श्री ग्रंथ दरसाए बात करन गुर सोच है पढ़े ग्रंथ मन लाए। तो गुरु ग्रंथ साहिब दी बाणी पढ़ियो ते विचारियो। गुरु कोई दुनियावी गल्ला नहीं करता हुंदा, गुरु ने उस अकाल पुरख दे नाल जोड़न दीआं गल्लां करनियां ना, ते गुरु ग्रंथ साहिब दी तुहानूं दे नाल गल्लां करनगे जोड़नगे तुहानूं। जो असीं दस जामियां च कीता है वो ही कम सदा लई गुरु ग्रंथ साहिब जी करांगे। गुरसिख की रसना ते आके बोलिया करूगा गुरु। याद रखना गुरसिखा अंदर सतगुरु वरदा है, जो सिखा नूं लोचै सो गुरु खुशी आवै। जिथे गुरु ग्रंथ साहिब दे विच असीं वरतांगे उथे गुरसिखा दे विच भी गुरु वरदा है। ये वड्डे गुरु साहिबानां दा हुक्म है, संदेश है। सो इस करके गुरु ग्रंथ साहिब जी की अमृतमयी बाणी जिहड़ी है, एक तां जे गुरु ग्रंथ साहिब दा सत्कार होएगा तां साडे ते बाणी दा असर होएगा। पुराने समें दे विच जिहड़ा अध्यापक हुंदा सी ना स्कूलां दे विच, जिहड़े बच्चिआं नूं पढ़ाउण वाले मास्टर, जिन्ना उन्हों का सत्कार हुंदा सी पिछले समय च, अज तक खत्म हो गई कहानी। बच्चा अपनी मां नूं तां कहि दिंदा सी, मां नहीं मेरी मैडम ने इउं कहा, मैडम ने मैनूं आ पढ़ाया। मां का विरोध करके भी वह अध्यापक नूं पहल दिंदा सी भी मां गलत कह सकती है पर मेरा अध्यापक गलत नहीं पढ़ा सकता। सत्कार किन्ना सी, चलो मेरे बेड़े का मंदी किस्मत नूं भी उत्थे स्कूल प्राइमरी तक सी, दो दो पिंड स्कूल नहीं सी हुंदा। स्कूल कहा जा सी, स्कूल दी बिल्डिंग है ही नहीं सी, स्कूल हैगा सी बिल्डिंग नहीं सी। सारे पिंड ने कट्ठे होके जिहड़े किते पता नहीं दादे पड़दादे दे वेले बणिया, पता नहीं मेरे दादा जी दे वेले बणिया, दरवाजा बणिया सी पक्का, दो चौंकड़ियां सी उहदियां, विचाले नूं रस्ता सी लंघण नूं, आम ऐ हुंदा सी। ते जदों धुप होणी उदों स्कूल साडा उपर लगदा हुंदा सी, ते जदों मीह पैण लग जांदा सी चौंकड़ी ते मास्टर जी दा हुक्म सी अपनी अपनी बोरी अपनी अपनी कच्छ च दे के लैके आयो कि इत्थे टाट कोई नहीं है। इन्हां हालतां दे विच ते फिर रिस्पैक्ट किन्नी सी, वाहिगुरु कृपा करे। मेरे अज भी उस दिन याद है, एक घड़ूए तो आते मास्टर साइकिल से, जदों साइकिल की टली बजनी तीन चार बच्चे नट के जाने, किसी ने साइकिल फड़ लेना, किसी ने मास्टर जी आओ जी इतने की है, दूर जाके सत्कार करना, साइकिल फड़ लेना, साइकिल स्टैंड लाना, उन्होंने नाल आना भी मास्टर, सारी जमात ने खड़े हो जाना मास्टर जी आ। मैं कहना भी अद्धे मील ते दिख लवे ना मास्टर, रौला पै जांदा मास्टर जी आ गए, मास्टर जी आ गए। ये हुण समा कह जा गया, उसे रंधावे नगर दे विच प्लस टू तक स्कूल बने हैं। चलो महाराज ने सेवा मेरे शरीर द्वारा लैनी सी, खेड़ महाराज की सी, पहले दसवीं तक रहा गुरुद्वारे दे बिल्कुल साडा जिहड़ा नगर है, नगर दे कॉर्नर दे उत्ते जिहड़ी इधर जे फतिहगढ़ साहिब तो जाने आ, नगर वड़दिया पहला मकान महाराज ने दास दा जिहड़ा मकान बख्शिया गुरु ने वो सी, ते उदों सीधा गुरुद्वारा सी वो जथे जवा के बनाया सी, दो पिंड साडे गुरुद्वारा है ना सी। वो मैं कुदरती उत्थे आया तां उत्थे बच्चे खड़े दो सुरबल सुरबल जी कर, मैं देखा भी इन्हों का तौर पार मैंने ठीक नहीं लग्या, तो मैं कहा काका तुम इतने खड़े हो, कहते कुछ नहीं बाबा जी तुम जाओ,
मैं क्या कुछ नहीं नहीं बाबा काका भी तुसी की गल है भी कोई ते गल दसनी पऊ किसे नूं मेरे मकान दे कोल कदे किसे नाल लड़ते नहीं पए कहिंदे नहीं नहीं लड़े तां नहीं ओ दूजे ने एक ने कहा वी कहिंदा बाबा जी गल ए आ वी असीं मास्टर दीआं लत्तां तोड़नियां वाहिगुरु सच्चे पातशाह मैं क्या इस स्कूल दे विच इस पिंड दे विच जदों स्कूल दी बिल्डिंग नहीं सी मास्टर देख के प्राण खुशक हो जाते कि ये डंडेली खड़े भी मार्टर के घोड़े तोड़ने मैं क्या काका भी हूँ ऐ कर जे प्यो का पुत हूँ तू इतों जाई ना पहला तेरे ना हिसाब मैं करदा कहा जा कमल चल तू एडा नरादर वो न्याणे नठ गए जो ने मैं स्कूल जाके पुछया मास्टर मैं क्या भी गल की हो गई भी कुछ गड़बड़ है कोई कहते की गल बाबा जी थोड़ा क्यों पता लग गया मैं क्या मैं तो बाद दसूँ भी उत्थे बच्चे खड़े से कोई थोड़ा स्वागत करने वास्ते यहीजिया गल करते कहना बाबा जी मैं करा की कहना एक कमकता ने मेरा तो सिर खा लिया मैं क्या होया की है कहना कह एक नंबर मास्टर जी दो नंबर जाके सिगरटा पीन लग गए कहता उत्थे परले पासे वो सिगरटा पीते मैं फड़ ले कहते भी मैं थोड़ा जहा हिसाब किताब कर दिता उदो मास्टर कर लेते हूँ नहीं हथ लाते बदले के मास्टर मारन तैयार हो गए हूँ मास्टर ने जे तैयार कर लिया भी कुछ करन कुछ ना करन तुहाडे इंग्लैंड दे प्रिंसीपल बीबी ने किन्ने साल संताप हो गया ते बच्चे ने केस कर दिता उन्होंने माँ बाप ने मुड़ के वह कहती भी टीचर ना कोई बने हो होर जो कोई मर्जी बने ये हालत क्यों हो गई जिन्नी देर तक दुनियावी पढ़ाई दे विच अपने अध्यापक का सत्कार सी उन्नी देर तक बच्चे पढ़ाई दे विच कामयाब नहीं होते सी जिन्नी देर तक गुरु ग्रंथ साहब का सत्कार सिख दे अंदर है बस ये समझना गुरु की बाणी का असर भी उहदे ते होगा जिहड़ा गुरु ग्रंथ साहब का सत्कार करूगा जे सत्कार रश्मी तौर ते है तो फिर वह जिहड़ा सुनिया वह भी रश्मी तौर ते ही है पहला तो आपां इह संथिया पका लईए समां हुण हो गया मैं जिहड़ी गल आप जी नूं सुणाउणी सी मैं कल नूं सुणाऊंगा उहदी बारी नहीं हजे आई ते समां हो गया पूरा ते जरूरी सी इहदी ते गुरबाणी दी विचार जिहड़ी है नरोल जो सच्चे पातशाह ने हुक्म किया है आओ तीन दिन दास का शरीर होर आप जी दे कोल है ते आप सारिया संगतां नाल प्यार बनिया होया ते तुसीं भी उस ने जान के सारे गुरमुख आए हो भुला चुका की सेवा करनी अनंत साहब का पाठ भाई साहब जी कहते मैं कर लेना ते दास आग्या बख्श करो कल फिर समय सिर पहुंचना भुला चुका की कीमा करने जी बुलाओ फतेह वाहिगुरु जी का खालसा वाहिगुरु जी की फतेह वाहिगुरु साहिब जी ओ राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सहज छेती मन वजिया वधाइया राग रतन परवार परिया शब्द गावन आईया शब्दों ता गावो हरि केरा मंजनी वसाया कह नानक आनंद होवा सतगुरु मैं पाया ए